ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਸਮਰਾਲਾ ਦੀ ਕਮਲ ਕਲੋਨੀ ਦਾ ਰਹਿਣ ਵਾਲਾ ਜਸਕਰਨ ਸਿੰਘ ਨਾਮ ਦਾ ਨੌਜਵਾਨ ਜੋ ਕਿ ਪਿਛਲੇ 6 ਮਹੀਨਿਆਂ ਤੋਂ ਕੰਮ ਨਾ ਮਿਲਣ ਕਾਰਨ ਪਰੇਸ਼ਾਨ ਰਹਿੰਦਾ ਸੀ, ਜਿਸ ਦੇ ਕਾਰਨ 12 ਜੂਨ ਨੂੰ ਉਹ ਘਰੋਂ ਕੰਮ ਲੱਭਣ ਲਈ ਚਲਾ ਗਿਆ ਤੇ ਵਾਪਸ ਘਰ ਨਹੀਂ ਪਰਤਿਆ। ਜਸਕਰਨ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ 12 ਜੂਨ ਨੂੰ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਵਿਖੇ ਮੱਥਾ ਟੇਕਣ ਗਏ। ਮੱਥਾ ਟੇਕਣ ਤੋਂ ਬਾਅਦ ਉਹ ਆਪਣੇ ਘਰ ਵਾਪਸ ਆ ਗਏ। ਫਿਰ ਉਸਦਾ ਪਤੀ ਘਰੋਂ ਇਹ ਕਹਿ ਕੇ ਬਾਹਰ ਚਲਾ ਗਿਆ ਕਿ ਮੈਂ ਕੰਮ ਲੱਭਣ ਲਈ ਚੱਲਿਆ ਹਾਂ, ਪਰ ਉਹ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ। ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ ਵੀ ਉਸਦੀ ਭਾਲ ਕੀਤੀ ਗਈ, ਪਰ ਉਸਦੇ ਪਤੀ ਦਾ ਪਤਾ ਨਾ ਲੱਗਿਆ। 13 ਜੂਨ ਨੂੰ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਦਰਖਾਸਤ ਦਿੱਤੀ ਗਈ। ਜਸਕਰਨ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ। ਜਸਕਰਨ ਦਾ ਇੱਕ ਛੋਟਾ ਜਿਹਾ ਬੱਚਾ ਵੀ ਹੈ ਜੋ ਕਿ ਆਪਣੇ ਪਾਪਾ ਦੀ ਉਡੀਕ ਕਰ ਰਿਹਾ ਹੈ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਅਮਨਤਾ ਗੱਡੀ ਰਿਪੋਰਟ। ਜੀ, ਮੇਰਾ ਨਾਮ ਮਨਪ੍ਰੀਤ ਕੌਰ ਆ, ਵਾਈਫ ਆਫ ਜਸਕਰਨ ਸਿੰਘ। ਜੀ, ਮੇਰੇ ਹਸਬੈਂਡ 12 ਤਰੀਕ ਨੂੰ ਘਰ ਤੋਂ ਗਏ ਸੀ ਕੰਮ ਦੀ ਤਲਾਸ਼ 'ਚ। ਉਹਨਾਂ ਦਾ ਫੋਨ ਸਵਿੱਚ ਆਫ ਆ ਰਿਹਾ, ਵਾਪਸ ਨਹੀਂ ਆਇਆ। ਪਰੇਸ਼ਾਨ ਸੀ ਕੰਮ। ਨਹੀਂ, 12 ਤਰੀਕ ਤੋਂ ਜਦੋਂ ਸ਼ਾਮ ਨੂੰ ਮੈਂ 7 ਵਜੇ ਫੋਨ ਕੀਤਾ, ਉਹਨਾਂ ਦਾ ਫੋਨ ਸਵਿੱਚ ਆਫ ਆਇਆ ਤੇ ਉਹ ਤੋਂ ਬਾਅਦ ਉਹਨਾਂ ਦਾ ਫੋਨ ਨਹੀਂ ਆਇਆ। ਫੋਨ ਸਵਿੱਚ ਆਫ ਆ ਤੇ ਮੈਂ ਪੁਲਿਸ ਸਟੇਸ਼ਨ ਗਈ ਦੂਜੇ ਦਿਨ ਹੀ, ਕੰਪਲੇਂਟ ਕੀਤੀ ਤੇ ਕੱਲ ਵੀ ਪੁਲਿਸ ਸਟੇਸ਼ਨ ਗਈ। ਕੱਲ ਉਹਨਾਂ ਨੇ ਕਾਲ ਟ੍ਰੇਸਿੰਗ ਤੇ ਲਗਾਇਆ ਹੋਇਆ, ਇਹ ਕਹਿੰਦੇ ਨੇ ਅਸੀਂ ਕਾਰਵਾਈ ਕਰਾਂਗੇ ਅੱਗੇ। ਕੋਈ ਯਾਰ ਦੋਸਤ ਉਹਨਾਂ ਦਾ ਕੋਈ ਇਸ ਤਰ੍ਹਾਂ ਕੋਈ ਹੈਗਾ ਸੀ ਜਿਹਨੂੰ ਤੁਸੀਂ ਸਪੋਰਟਣ ਦੀ ਕੋਸ਼ਿਸ਼ ਕੀਤੀ ਹੈ? ਜੀ ਜੀ ਸਰ, ਉਹਨਾਂ ਦੇ ਦੋਸਤ ਸੀਗੇ ਫੋਨ ਦੀ ਦੁਕਾਨ ਤੇ ਜਿੱਥੇ ਉਹ ਜਾ ਕੇ ਬਹਿੰਦੇ ਸੀ। ਮੈਂ ਜਾ ਕੇ ਆਈ ਆ, ਉਹ ਕਹਿੰਦੇ ਵੀ ਮੇਰੇ ਕੋਲ 2 ਦਿਨ ਪਹਿਲਾਂ ਹੀ ਆ ਕੇ ਬੈਠਾ ਸੀਗਾ, ਉਹ ਤੋਂ ਬਾਅਦ ਨਹੀਂ ਉਹ ਆਇਆ। ਤੇ ਕਿੰਨਾ ਕੁ ਟਾਈਮ ਹੋਇਆ ਵਿਆਹ ਨੂੰ ਤੁਹਾਡੇ? 5 ਸਾਲ ਹੋ ਗਏ ਸਰ। ਤੇ ਬੱਚਾ? 6 ਸਾਲ ਲੱਗਿਆ ਹੋਇਆ। ਮੇਰਾ ਬੇਟਾ ਸਰ 4 ਸਾਲ ਦਾ। ਬੇਟਾ ਬਹੁਤ ਦੁਖੀ ਆ, ਬੇਟੇ ਨੂੰ ਬੁਖਾਰ ਚੜਿਆ ਪਿਆ ਇੰਨਾ। ਬੇਟਾ ਕਹਿੰਦਾ ਪਾਪਾ ਕਿੱਥੇ ਗਏ ਆ, ਕਿੱਥੇ ਗਏ? ਤੁਸੀਂ ਇਹਨਾਂ ਦੀ ਭਾਲ ਵਿੱਚ ਕਿੱਥੇ ਕਿੱਥੇ ਗਏ ਹੋ, ਕਿੱਥੇ ਕਿੱਥੇ ਤੁਸੀਂ ਸੰਪਰਕ ਕੀਤਾ? ਮੈਂ ਪੁਲਿਸ ਸਟੇਸ਼ਨ ਗਈ ਸੀ ਸਰ, ਇੱਕ ਉਹਨਾਂ ਦੀਆਂ ਭੈਣਾਂ ਨੂੰ, ਤਿੰਨਾਂ ਨੂੰ ਫੋਨ ਕੀਤੇ, ਉਹਦੇ ਬਾਪ ਦੇ ਘਰ ਜਾ ਕੇ ਆਈ ਸੀਗੀ ਤੇ ਫਿਰ ਮੈਂ ਆਪਣੇ ਘਰਦਿਆਂ ਨੂੰ ਬੁਲਾਇਆ ਆ ਤੇ ਉੱਧਰ ਜਿਹੜੀ ਦੁਕਾਨਾਂ ਤੇ ਬਹਿੰਦੇ ਸੀ ਉੱਥੇ ਜਾ ਕੇ ਪੁੱਛ ਕੇ ਆਈਆਂ ਦੋਸਤਾਂ ਨੂੰ। ਜੋ ਕਿਸ ਚੀਜ਼ ਤੇ ਗਏ ਸੀ ਘਰੋਂ? ਮੋਟਰਸਾਈਕਲ ਤੇ ਗਏ ਸੀ ਸਰ। ਕਿਹੜਾ ਮੋਟਰਸਾਈਕਲ ਸੀ? ਉਹਦਾ ਪਲਾਟੀਨਾ ਮੋਟਰਸਾਈਕਲ ਸੀਗਾ ਸਰ। ਕੀ ਨੰਬਰ ਆ? ਮੈਂ ਦੇਖ ਕੇ ਦੱਸਦੀ ਆ ਸਰ। ਮਨਪ੍ਰੀਤ ਕੌਰ ਨੇ, ਮਨਪ੍ਰੀਤ ਕੌਰ ਪੁੱਤਰੀ ਕੇਵਲ ਸਿੰਘ, ਫਰੌਰ ਦੀ ਰਹਿਣ ਵਾਲੀ ਹੈ, ਜਿਹੜੇ ਹੁਣ ਇੱਥੇ ਕਮਲ ਕਲੋਨੀ 'ਚ ਰਹਿੰਦੇ ਨੇ। ਉਹਨੇ ਸਾਡੇ ਕੋਲ ਇਤਲਾਹ ਲਿਖਾਈ ਸੀ ਵੀ 12 ਤਰੀਕ ਨੂੰ ਉਹਦੇ ਘਰ ਵਾਲਾ ਘਰੋਂ ਇਹ ਕਹਿ ਕੇ ਗਿਆ ਸੀ ਕਿ ਮੈਂ ਕੰਮ ਲੱਭਣ ਨਹੀਂ ਜਾ ਰਿਹਾ ਅਤੇ ਵਾਪਸ ਆਇਆ ਨਹੀਂ, ਉਹਦਾ ਫੋਨ ਵੀ ਬੰਦ ਆ ਰਿਹਾ, ਜਿਹਦੇ ਸੰਬੰਧ 'ਚ ਫਿਲਹਾਲ ਗੁੰਮਸ਼ੁਦਗੀ ਰਿਪੋਰਟ ਲਿਖੀ ਗਈ ਆ ਅਤੇ ਉਹਦੇ ਫੋਨ ਦੇ ਕਾਲ ਟੇਲ ਅਸੀਂ ਕਢਾ ਰਿਹਾ, ਬਾਕੀ ਕਾਰਵਾਈ ਕਰ ਰਹੇ ਹਾਂ, ਦੇਖਦੇ ਹਾਂ ਅੱਗੇ। ਦੇਖੋ ਕਿੰਨੀ ਕੁ ਉਮਰ ਦਾ ਜੀ? ਵੈਸੇ ਉਮਰ ਕਿੰਨੀ ਆ ਜੀ? ਉਮਰ ਵਿੱਚ 34 ਸਾਲ ਹੋਊਗੀ। ਪਤਾ ਲੱਗੇ ਪਹਿਲਾਂ ਕੋਈ ਲੜਾਈ ਝਗੜਾ ਵੀ ਹੋਇਆ ਉਹਨਾਂ ਦਾ? ਦੇਖੋ ਜੀ, ਨਹੀਂ, ਸਾਡੇ ਸਾਹਮਣੇ ਇਸ ਤਰ੍ਹਾਂ ਦੀ ਹਾਲ ਤੱਕ ਫਿਲਹਾਲ ਕੋਈ ਗੱਲ ਨਹੀਂ ਆਈ। ਤੇ ਮੋਬਾਈਲ ਕਿਸ ਤਰ੍ਹਾਂ, ਲੋਕੇਸ਼ਨ ਕੋਈ ਟ੍ਰੇਸ ਹੋਈ ਕਿਸ ਤਰ੍ਹਾਂ ਦੀ? ਨਹੀਂ, ਕਾਲ ਡਿਟੇਲ ਪਾਈ ਹੋਈ ਹਾਲੇ ਆਈ ਨਹੀਂ ਹੈਗੀ।